बात पित्त कफ तीन दोष नु कंट्रोल करन लई अगर कोई भी धरती ते चीज हैगी है ता ओ तिरफ फैटी लीवर वाले रोगी भी ए जे दो तीन चीजा खानगे ना वैद दी लोड ना डॉक्टर दी लोड मतलब ही नहीं है फैटी लीवर दी मजाल है तोडे अगे पीछे फिरूगा देसी घ्यो कमाल दी चीज है घर दा कंडो घर दा ही खाओ दूध थोनू लगदा किसे पासे भी दूध नकली है जां दूध वधिया नहीं आउंदा जां कोई गल जहे जा मर्जी आउंदा दूध ते दूध हुंदा ओदे विच थोड़ी जी चुटकी पर हल्दी पा हल्दी पाउण सारी दूध दी तसीर बदल दे और जिहदे पैर गरम पेट नरम सिर ठंडा कमाल दा बंदा ओदे वर्गा बंदा ही नहीं कोई सब तो मस्त बंदा जिहड़े लोग सवेरे नींबू और शहद पींदे ने ओ नुकसान करदा जोड़ां दे विच यूरिक एसिड बन के बह जांदा 11 बजे तो पहला पहला खाना जे रह गया फिर 11 बजे तो बाद फ्रूट ना खाना ठीक है जे सलाद खाना ओ रोटी तो आधा घंटा पहला खाना ਜਿਹੜੇ ਵੀ ਮੈਂ ਨੁਸਖੇ ਦੱਸਦਾ ਹਫ਼ਤੇ 'ਚ ਇੱਕ ਦਿਨ ਜ਼ਰੂਰ ਛੱਡਣੇ ਨੇ ਕਿਉਂਕਿ ਅਸੀਂ ਯੂਜ਼ ਟੂ ਨਾ ਹੋ ਜਾਈਏ ਰੋਜ਼ਮਰਰਾ ਦੀ ਜ਼ਿੰਦਗੀ 'ਚ ਅਸੀਂ ਪੈਸੇ ਤਾਂ ਬਹੁਤ ਕਮਾ ਰਹੇ ਹਾਂ ਲੇਕਿਨ ਕਿਤੇ ਨਾ ਕਿਤੇ ਆਪਣੀ ਸਿਹਤ ਨੂੰ ਅਣਦੇਖਾ ਕਰ ਰਹੇ ਹਾਂ ਈਟਿੰਗ ਹੈਬਿਟ ਸਾਡੀਆਂ ਠੀਕ ਨਹੀਂ ਹੈਗੀਆਂ ਸੌਣ ਉੱਠਣ ਦਾ ਟਾਈਮ ਠੀਕ ਨਹੀਂ ਹੈਗਾ ਜਿਹੜਾ ਫਿਜ਼ੀਕਲ ਐਕਟੀਵਿਟੀਜ਼ ਨੇ ਉਹ ਕਿਤੇ ਨਾ ਕਿਤੇ ਘੱਟ ਰਹੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਹੈਗਾ ਘੱਟ ਉਮਰ ਦੇ ਵਿੱਚ ਵੱਡੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਜਕੜ ਰਹੀਆਂ ਡਿਪਰੈਸ਼ਨ ਸਟ੍ਰੈਸ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਵੱਡੇ ਪੱਧਰ ਦੇ ਉੱਪਰ ਸਾਨੂੰ ਦੇਖਣ ਨੂੰ ਮਿਲ ਰਹੀਆਂ ਕੋਈ ਏਜ ਨੂੰ ਇਹ ਟਾਰਗੇਟ ਨਹੀਂ ਕਰਦਾ ਹਰੇਕ ਏਜ 'ਚ ਸਾਨੂੰ ਬਿਮਾਰੀਆਂ ਦੇਖਣ ਨੂੰ ਨਜ਼ਰ ਆ ਰਹੀਆਂ ਸੋ ਇਹ ਬਹੁਤ ਗੰਭੀਰ ਵਿਸ਼ਾ ਹੈ ਇਸ ਦੇ ਉੱਪਰ ਹੁਣ ਮੈਂ ਗੱਲਬਾਤ ਕਰੂੰਗੀ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਵਰਦਾਨ ਆਯੁਰਵੇਦਾ ਦੇ MD ਮੌਜੂਦ ਨੇ ਸੁਭਾਸ਼ ਗੋਇਲ ਜੀ ਇਹਨਾਂ ਦਾ ਵੈਲਕਮ ਹੈ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦਰਸ਼ਕ ਆਪਣਾ ਪ੍ਰੋਗਰਾਮ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਸਤਿਕਾਰ ਭਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਬਹੁਤਾ ਦੂਰ ਜਾਣ ਦੀ ਲੋੜ ਨਹੀਂ ਜੇ ਮੈਂ ਆਪਣੀ ਗੱਲ ਹੀ ਕਰਾਂ ਹਨਾ ਕੋਈ ਵੀ ਪ੍ਰੋਫੈਸ਼ਨ ਹੈ ਹਰੇਕ ਪ੍ਰੋਫੈਸ਼ਨ ਦੇ ਵਿੱਚ ਸੌਣ ਉੱਠਣ ਦਾ ਟਾਈਮ ਠੀਕ ਨਹੀਂ ਹੈ ਜਿਹੜੇ ਤਾਂ ਲੋਕ ਆਪਣੇ ਘਰੇ ਆਪਣੇ ਪੇਰੈਂਟਸ ਦੇ ਨਾਲ ਰਹਿੰਦੇ ਆ ਉਹਨਾਂ ਦਾ ਫੇਰ ਵੀ ਕਿਤੇ ਨਾ ਕਿਤੇ ਠੀਕ ਹੈ ਕਿ ਟਾਈਮ ਨਾਲ ਸੌਂਗੇ ਕਿਉਂਕਿ ਘਰ ਦੇ ਰੌਲਾ ਪਾਉਣ ਲੱਗ ਪੈਂਦੇ ਨੇ ਵੀ 10 ਵਜੇ ਤੋਂ ਬਾਅਦ ਫੋਨ ਨਹੀਂ ਚਲਾਉਣਾ ਫੋਨ ਬੰਦ ਕਰ ਦਿਓ ਸੌਂ ਜਾਓ ਸਵੇਰੇ 7 ਵਜੇ ਉੱਠ ਜਾਓ ਆਪਣੇ ਕੰਮ ਕਾਰ ਕਰਨੇ ਸ਼ੁਰੂ ਕਰ ਦਿਓ ਪਰ ਜਿਹੜੇ ਜ਼ਿਆਦਾਤਰ ਬੈਚਲਰਸ ਨੇ ਜਿਹੜੇ ਘਰੋਂ ਬਾਹਰ ਰਹਿੰਦੇ ਨੇ ਉਹਨਾਂ ਦਾ ਲਾਈਫ ਸਟਾਈਲ ਬਹੁਤ ਅਨਹੈਲਦੀ ਹੈ ਜਿਹਦਾ ਕਰਕੇ ਬਿਮਾਰੀਆਂ ਵੀ ਵੱਧ ਰਹੀਆਂ ਨੇ ਲਾਈਫ ਸਟਾਈਲ ਨੂੰ ਕਿਵੇਂ ਮੇਨਟੇਨ ਕਰ ਸਕਦੇ ਆ ਦਿਨ ਦੀ ਸ਼ੁਰੂਆਤ ਕਿਵੇਂ ਕਰਨੀ ਚਾਹੀਦੀ ਹੈ ਕਿਉਂਕਿ ਯੂਟਿਊਬ ਕੱਢ ਕੇ ਦੇਖਾਂਗੇ ਉੱਥੇ ਬਹੁਤ ਵੱਡੇ ਵੱਡੇ ਐਕਸਪੀਰੀਅੰਸ ਪਰਸਨ ਬੈਠੇ ਨੇ ਧੁਰੰਦਰ ਬੈਠੇ ਨੇ ਕੋਈ ਕਹਿੰਦਾ ਜੀ ਤੁਸੀਂ ਤੱਤਾ ਪਾਣੀ ਜਿਹੜਾ ਗਰਮ ਪਾਣੀ ਪੀਓ ਕੋਈ ਕਹਿੰਦਾ ਤੁਸੀਂ ਸ਼ਹਿਦ ਨਿੰਬੂ ਪੀਓ ਕੋਈ ਕਹਿੰਦਾ ਹੈ ਤੁਸੀਂ ਚੀਆ ਸੀਡਸ ਜਿਹੜੀਆਂ ਨੇ ਰਾਤ ਨੂੰ ਭਿਓ ਕੇ ਰੱਖੋ ਉਹ ਪੀਓ ਸੋ ਹਰੇਕ ਦਾ ਕੋਈ ਕਹਿੰਦਾ ਜੀਰਾ ਵਾਟਰ ਪੀਓ ਕੋਈ ਕਹਿੰਦਾ ਸੌਂਫ ਵਾਲਾ ਪਾਣੀ ਪੀਓ ਉਬਾਲ ਕੇ ਕੋਈ ਕਹਿੰਦਾ ਅਦਰਕ ਵਾਲਾ ਪਾਣੀ ਪੀਓ ਹੁਣ ਪੀਣਾ ਕੀ ਚਾਹੀਦਾ ਹੈ ਖਾਣਾ ਕੀ ਚਾਹੀਦਾ ਇਸ ਇਹ ਮੈਂ ਤੁਹਾਡੇ ਤੋਂ ਜਾਣਕਾਰੀ ਚਾਹੂੰਗੀ ਅੱਜ ਦੇਖੋ ਅਗਰ ਜ਼ਿੰਦਗੀ ਨੂੰ ਜਿਉਣ ਦਾ ਆਨੰਦ ਲੈਣਾ ਹੈ ਜੋ ਮਰਜ਼ੀ ਖਾਓ ਪੀਓ ਮੈਂ ਨਹੀਂ ਰੋਕਦਾ ਜੋ ਜੀ ਕਰਦਾ ਖਾਓ ਵੈਸੇ ਤਾਂ ਜਿਹੜੇ ਪੂਰਵਜ ਨੇ ਉਹ ਇੱਕ ਗੱਲ ਕਹਿ ਕੇ ਗਏ ਨੇ ਕਿ ਜਦੋਂ ਤੁਹਾਨੂੰ ਭੁੱਖ ਲੱਗੇ ਤਾਂ ਰੱਜ ਕੇ ਖਾਓ ਜਦੋਂ ਨੀਂਦ ਆਵੇ ਤਾਂ ਰੱਜ ਕੇ ਸੌ ਜਾਓ ਸਮੇਂ ਦੀ ਕੋਈ ਗੱਲ ਨਹੀਂ ਜਾਂ ਤਾਂ ਇਹ ਜ਼ਿੰਦਗੀ ਅਪਣਾ ਲਓ ਜੇ ਤਾਂ ਇਹ ਜ਼ਿੰਦਗੀ ਅਪਣਾ ਲਈ 100 ਸਾਲ ਤੱਕ ਕੁਛ ਨਹੀਂ ਹੁੰਦਾ ਜਾਂ ਫਿਰ ਜੇ ਸਟਾਈਲ ਹੀ ਰੱਖਣਾ ਫਿਰ ਸਟਾਈਲਿਸ਼ ਜ਼ਿੰਦਗੀ ਬਣਾਓ ਫਿਰ ਇੱਕੋ ਹੀ ਸਟਾਈਲ ਹੈ ਜੇ ਹੁਣ ਤੁਸੀਂ ਰਾਤ ਨੂੰ ਪੈੱਗ ਲਾਉਣੇ ਆ ਜਾਂ ਸਾਡੀਆਂ ਮਾਤਾ ਭੈਣਾਂ ਨੇ ਜਿਹੜੀਆਂ ਉਹਨਾਂ ਨੇ ਬਚਿਆ ਹੋਇਆ ਖਾਣਾ ਬਾਸੀ ਖਾਣਾ ਹੀ ਹੈ ਜਵਾਕਾਂ ਦਾ ਸਾਰਾ ਤਾਂ ਫਿਰ ਸਾਨੂੰ ਇੱਕ ਚੀਜ਼ 'ਤੇ ਗੌਰ ਕਰਨੀ ਪਊ ਹਰੜ ਬਹਿੜਾ ਅਤੇ ਆਮਲਾ ਠੀਕ ਹੈ ਤਿੰਨ ਫਲਾਂ ਦਾ ਤ੍ਰਿਫਲਾ ਉਹ ਗ੍ਰੀਨ ਡੱਬਾ ਪਿਆ ਜੀ ਇੱਕ ਮਿੰਟ ਦਿਓ ਜੀ ਮੈਂ ਮਾੜਾ ਜਿਹਾ ਦਿਖਾ ਦਵਾਂ ਇਹ ਇੱਕ ਏਕੜ ਪੰਚਾਂਗ ਹੈ ਇਹਦੇ ਵੀ ਗੱਲ ਤਿੰਨ ਫਲਾਂ ਦਾ ਤ੍ਰਿਫਲਾ ਹਰੜ ਬਹਿੜਾ ਅਤੇ ਆਮਲਾ ਹਰੜ ਕੀ ਹੈ 1% ਬਹਿੜਾ ਕੀ ਹੈ 2% ਆਮਲਾ ਕੀ ਹੈ 4% ਮਤਲਬ 100 ਗ੍ਰਾਮ ਹਰੜ 200 ਗ੍ਰਾਮ ਬਹਿੜਾ 400 ਗ੍ਰਾਮ ਆਮਲਾ ਇਹ ਬਣਦਾ ਅਸਲੀ ਤ੍ਰਿਫਲਾ ਗਿਟਕ ਕੱਢ ਕੇ ਬਣੂਗਾ ਠੀਕ ਹੈ ਔਰ ਜਿੰਨੀਆਂ ਵੀ ਕੰਪਨੀਆਂ ਬਣਾ ਰਹੀਆਂ ਨੇ ਮੈਕਸੀਮਮ ਹਰੜ ਬਹਿੜਾ ਆਮਲਾ ਨੂੰ ਬਰਾਬਰ ਮਾਤਰਾ 'ਚ ਲੈਂਦੇ ਆ ਔਰ ਕਈ ਮਾਤੜ ਦੇ ਵਿੱਚ ਹੀ ਗੁਠਲੀਆਂ ਪੀਸ ਦਿੰਦੇ ਆ ਲੇਕਿਨ ਇਹ ਚੀਜ਼ ਦਾ ਖਿਆਲ ਰੱਖਣਾ ਕਿ ਜਿੱਦਾਂ ਮੈਂ ਦੱਸਿਆ ਨੁਸਖਾ ਵੀਡੀਓ ਬੈਕ ਕਰਕੇ ਸੁਣ ਲਿਓ ਦੁਬਾਰਾ ਆਪਾਂ ਇਹਦੇ 'ਤੇ ਗੱਲ ਨਹੀਂ ਕਰਾਂਗੇ ਦੂਸਰੀ ਚੀਜ਼ ਕੀ ਆ ਇਹਨੂੰ ਰਾਤ ਨੂੰ 1 ਗਲਾਸ ਪਾਣੀ ਦੇ ਵਿੱਚ ਭਿਓ ਕੇ ਰੱਖ ਦਿਓ ਜੇ ਬਾਹਲਾ ਹੀ ਸ਼ੌਕ ਹੈ ਨਾ ਤੜਕੇ ਪਾਣੀ ਪੀਣ ਦਾ ਜਾਂ ਨਿੰਬੂ ਪਾਣੀ ਪੀਣ ਦਾ ਜਾਂ ਕੁਛ ਵੀ ਭੁੱਲ ਜਾਓ ਚੀਜ਼ਾਂ ਆਓ ਆਪਾਂ ਸਹੀ ਸਿਹਤ ਦੇ ਵਿੱਚ ਜ਼ਿੰਦਗੀ ਜੀ ਕੇ ਦੇਖੀਏ ਸਵੇਰੇ ਸਵੇਰੇ ਖਾਲੀ ਪੇਟ ਉਹਨੂੰ ਪੀ ਲਓ ਉਦੋਂ ਬਾਅਦ 15-20 ਮਿੰਟ ਕੁਛ ਨਹੀਂ ਪੀਣਾ ਕੁਛ ਨਹੀਂ ਖਾਣਾ
15 20 मिनट बाद पेट च गड़ूं 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 सब कुछ होगा, परवाह ना मनो, जिंदगी बन जानी है तुहाडी। इंटरस्टेनमेंट ने इदा साफ कर देना जिदा प्लंबर ना पाइप दे विचों काई साफ कर दिंदा, इदा जदों तुहाडे पेट दा पेट दी सफाई होगी तां दसो कहे जी फीलिंग होगी, गजब दी फीलिंग होगी। पहला तो ये काम करो, त्रिफला उन्हों क्लीन करूगा, और फिर त्रिफला दे विच जिहड़े तत् ने वात पित्त कफ तीन दोष नूं कंट्रोल करने लिए अगर कोई भी धरती ते चीज़ हैगी है तां उह त्रिफला, उह रसायण आ तुहाडे वात पित्त कफ तिन्ने दोष बिगड़िया, त्रिफला कल्ला ही बहुत आ। फिर उस तो बाद अद्धे पौने घंटे बाद जदों पेट साफ हो गया फिर उहदे विच पाउणा है आपां ने हदवाणा। हदवाणा मतलब मतीरा, मतीरा मतलब तरबूज, तरबूज खाओ, ठीक है, क्या कमाल दी फीलिंग आऊगी तुहानू, खा के देखो कदे ना थैंक यू सुभाष गोयल कहा गया तां कहो, बे तरीके नाल कर लियो। फिर तुसी तरबूज खाओ, खरबूजा खाओ, मौसमी फल जिहड़ा भी है, पर एक आलू बुखारा खाना ना भुल्लियो कदे भी, क्योंकि आलू बुखारा जिहड़ा हैगा उह तुहाडे लीवर दा दोस्त है। ओके, फैटी लीवर वाले रोगी भी ਇਹ ਜੇ ਦੋ ਤਿੰਨ ਚੀਜ਼ਾਂ ਖਾਣਗੇ, ਨਾ ਵੈਦ ਦੀ ਲੋੜ ਨਾ ਡਾਕਟਰ ਦੀ ਲੋੜ, ਮਤਲਬ ਇਹ ਨਹੀਂ ਹੈ ਫੈਟੀ ਲੀਵਰ ਦੀ ਮਜਾਲ ਹੈ ਤੁਹਾਡੇ ਅੱਗੇ ਪਿੱਛੇ ਫਿਰੂਗਾ, ਫੈਟੀ ਲੀਵਰ ਦੀ ਇਹ ਮੈਂ ਤੁਹਾਨੂੰ ਜਿਹੜੀਆਂ ਗੱਲਾਂ ਕਹਿ ਰਿਹਾ ਐਕਸਪੀਰੀਅੰਸ ਦੀਆਂ ਗੱਲਾਂ ਨੇ, ਇਹ ਨਹੀਂ ਹੈ ਕਿ ਟੀ ਵੀ ਮੇਰੇ ਮੂਹਰੇ ਆ ਗਿਆ ਕੁਛ ਵੀ ਬੋਲੀ ਜਾਵਾਂ, ਇਹਨੂੰ ਬੋਲਣ ਤੋਂ ਪਹਿਲਾਂ ਮੈਨੂੰ ਹੋਮਵਰਕ ਕਰਨੇ ਪੈਂਦੇ ਆ ਤਾਂ ਮੈਂ ਬੋਲ ਪਾਉਂਦਾ। ਅਤੇ ਦੂਸਰੀ ਗੱਲ, ਤ੍ਰਿਫਲਾ ਹੋ ਗਿਆ ਸਵੇਰ ਦਾ ਪਹਿਲਾ, ਦੂਜਾ ਉਹਦੇ ਵਿੱਚ ਤਰਬੂਜ ਅਤੇ ਫਰੂਟ ਹੋ ਗਿਆ, ਇਹਨੂੰ ਨਿਪਟਾ ਲਿਆ ਆਪਾਂ ਨੇ, ਠੀਕ ਹੈ। दिन च तीन वारी खाना, जिन्ना मर्जी ढिड वध्या होवे फैट वध्या होवे तुसीं याद करोगे सलाद रोटी तो अद्धा घंटा पहला, और ऐसी भुख लगनी तुहानू ਤੁਸੀਂ ਜੇ ਚਾਰ ਰੋਟੀ ਖਾਂਦੇ ਹੋ ਤਾਂ ਪੰਜ ਖਾਓਗੇ, ਤਿੰਨ ਖਾਂਦੇ ਹੋ ਤਾਂ ਚਾਰ ਖਾਓਗੇ, ਬੇਫਿਕਰ ਹੋ ਕੇ ਖਾਓ, ਵਜ਼ਨ ਨਹੀਂ ਵੱਧਦਾ, ਨੋਰਮਲ ਰਹੂਗਾ, ਅਤੇ ਤੁਹਾਡਾ ਜਿਹੜਾ ਹੈਲਦੀ ਹੈ ਸਟਾਈਲ ਜਿਹੜਾ ਹੈਗਾ ਉਹ ਵੀ ਮੇਨਟੇਨ ਰਹੂਗਾ। ਚਾਹ ਦਾ ਕੱਪ ਮੈਂ ਵਿੱਚੋਂ ਛੱਡਤਾ, ਚਾਹ ਦਾ ਕੱਪ ਇੱਕ ਜਾਂ ਦੋ, ਠੀਕ ਹੈ, ਵੈਸੇ ਤਾਂ ਮਨਾ ਕਰਦੇ ਆ ਨਾ ਪੀਓ, ਪਰ ਆਪਣੇ ਦੇਸ਼ ਦੇ ਵਿੱਚ ਚਾਹ ਦਾ ਐਡਾ ਵੱਡਾ ਬੋਲਬਾਲਾ ਹੈ। मैडम जी अपने देश के अंदर जे तुसी कैलकुलेट करो ता कम से कम 1000 करोड़ तो उपर चाह दा कम है, कहना सौखा जी, इकट्ठे करने गिनने 1000 करोड़ बारे गल करनी बहुत बहुत वड्डी गल आ। ओ असी चाह पी के मुंह तो दिने आ, किसे काम दी नहीं, की करती है कुछ भी नहीं, और उन्हों 20 नाल मल्टीप्लाई कर लो, उस दारू का 20 का होर चीज़ा का, ये जी चीज़ा ने जी असं लाइफ स्टाइल में जीने वास्ते अपने आप को खुश रखने वास्ते करते हैं, पर खुश रखने लिए पियो ठंडाई, ठंडाई जिन्हों असी कहने शरदाई, साढ़े बुजुर्ग कहते सी जेड़ा पीवे शरदाई कदे ना होवे सदाई, उहदा दिमाग रहेगा ठंडा, पेट रहेगा नरम, पैर रहेंगे गर्म, और जिहदे पैर गर्म पेट नरम सिर ठंडा कमाल दा बंदा, उहदे वर्गा बंदा ही नहीं कोई, सब तो मस्त बंदा। इस करके इह चीज़ां नूं ठीक रखण वास्ते पेट च आपां उह चीज़ पाओ जिहड़ी चीज़ सानूं पता कि साडे बॉडी नूं सैट रखूगी। इह हो गया। हुण कई लोग कहिंदे आ वी तुसीं तां गोयल साहिब उह गल्लां करदे हो जिहड़े तंदरुस्त लोकां दीआं गल्लां ने खाई जाणगे, चलो अमीरां दे चो चलिया, बई अमीर कहिड़ा उपरों उतरे सी, तरबूज तो आप कोई भी खरीद सकते हैं 50 रुपए किलो का, किड्डी की गल है जी, किलो तरबूज सारा टब्बर खा लवे, खा सकदा हां जी। ते जे मैं तुहानू कहा भी त्रिफला लियाओ, त्रिफला बना लो 100 रुपए का डब्बा, महीना चल जाता, किड़ी भाई अमीरी आ गई इहदे च, बस रात नूं भिओ के सवेरे पीना, आपदे आप नूं शाहूकार बनो, कौन घट है। फिर तुसीं अगली गल सुन लो, मैं कहा तुहानूं सलाद खाओ, आपां खाने ही आ गांजरां मूलियां, सलाद कट के खा लो, कोई फालतू गल मैं नहीं की, मैं उही गल की जी आम नॉर्मल इंसान कर सकता है और करोड़पति भी कर सकता है। गरीब आदमी ता करके वध खांदा है, को मेहनत बहुत करता, अमीर आदमी ने मेहनत छड़ती तो खादा नहीं जांदा। ये चीज़ है, मतलब कहण दा मेरी गल नूं नोट कर लो कि जिंदगी दे विच अगर तुहाडे जोड़ां च दर्द है, गोड्यां च दर्द है, शरीर दुखदा है, माइग्रेन का दर्द रहिंदा,
ਸਰੀਰ ਹਰ ਵਕਤ ਸਟਿਫਨੈਸ 'ਚ ਰਹਿੰਦਾ, ਹਰ ਵਕਤ ਐਂ ਲੱਗਦਾ ਰਹਿੰਦਾ ਵੀ ਰੱਬਾ ਮੈਨੂੰ ਤਾਂ ਜੰਮਿਆ ਕਿਉਂ ਦੀ ਜਾਂ ਆਹੀ ਕੁਛ ਕਰਨਾ ਸੀ। ਰੱਬ ਦਾ ਕੋਈ ਕਸੂਰ ਨਹੀਂ, ਕਸੂਰ ਆਪਣੇ ਨੇ। ਉਹਨੇ ਤਾਂ ਵਿਚਾਰੇ ਨੇ ਤੁਹਾਨੂੰ ਸਾਰਾ ਕੁਛ ਦੇ ਤਾ, ਤੁਹਾਨੂੰ ਜ਼ਿੰਦਗੀ ਦੇ ਤੀ, ਉਹਦੇ ਵਿੱਚੋਂ ਜੇ ਤੁਸੀਂ ਪਾਈ ਜਾਵੋਗੇ। ਹੁਣ ਤੁਸੀਂ ਵਿਆਹ ਸ਼ਾਦੀਆਂ 'ਚ ਦੇਖੋ ਜੀ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਂਦੇ ਹਾਂ, ਬੰਦਾ ਪਲੇਟ ਚੱਕ ਲੈਂਦਾ ਇੱਕ, ਮੈਂ ਕਹਿੰਦਾ ਕੋਈ ਚੀਜ਼ ਛੱਡ ਦੇਵੇ, ਛੱਡ ਤਾਂ ਦੇਵੇ, ਕੋਈ ਚੀਜ਼ ਨਹੀਂ ਛੱਡਣੀ। ਫਿਰ ਪਹਿਲਾਂ ਜਾਂਦੇ ਹੀ ਫਰੂਟ, ਪਹਿਲਾਂ ਜਾਂਦੇ ਹੀ, ਪਹਿਲਾਂ ਤਾਂ 12-13 ਸਟਾਲ ਨੇ, ਉਹ ਸਾਰੇ ਦੇਖੋ, ਪਹਿਲਾਂ ਗੋਲ ਗੱਪੇ ਖਾ ਲਏ, ਫਿਰ ਉਹਨੇ ਟਿੱਕੀ ਭੱਲੇ ਖਾ ਲਏ ਗਰਮ ਗਰਮ, ਨਾਲ ਹੀ ਆਈਸਕ੍ਰੀਮ ਦੇਖ ਕੇ ਮੂੰਹ 'ਚ ਪਾਣੀ ਆ ਗਿਆ, ਗਰਮ ਟਿੱਕੀ ਭੱਲੇ ਨਾਲ ਹੀ ਆਈਸਕ੍ਰੀਮ ਖਾ ਲਈ, ਫਿਰ ਉਦੋਂ ਬਾਅਦ ਜਾਊਗਾ ਫਰੂਟ ਖਾਣ ਪੀਣ, ਮੂੰਹ ਦਾ ਸਵਾਦ ਜਿਹਾ ਖਰਾਬ, ਫਰੂਟ ਖਾ ਲੈਂਦੇ ਆ। ਫਿਰ ਵਿਹਲਾ ਜਾਓਗੇ, 5-4 ਮਿੰਟ ਜਿਹੜਾ ਪੈਗ ਲਾਉਣ ਵਾਲਾ, ਇੱਕ ਦੋ ਪੈਗ ਲਾ ਲੈਣਗੇ, ਜਿਹੜੀਆਂ ਵਿਚਾਰੀਆਂ ਬੀਬੀਆਂ ਨੇ ਮਾੜਾ ਮੋਟਾ ਸਨੈਕਸ ਵਗੈਰਾ ਲੈ ਲੈਣਗੀਆਂ, ਉਹ ਲੈ ਲੂ ਕੇ ਫਿਰ ਜਦ ਉਹਨੂੰ ਅਨਾਊਂਸਮੈਂਟ ਹੋ ਜਾਂਦੀ ਹੈ ਵੀ ਰੋਟੀ ਖਾ ਲਓ, ਫਿਰ ਉਹ ਪਲੇਟ ਚੱਕਦੇ ਨੇ, ਫਿਰ ਐਂ ਕਹਿੰਦੇ ਨੇ ਵੀ ਆਪਾਂ ਸ਼ਗਨ ਇੰਨਾ ਪਾਇਆ ਹੋਇਆ, ਇਹ ਤਾਂ ਪੂਰਾ ਕਰਨਾ, ਕੋਈ ਚੀਜ਼ ਛੱਡਣੀ ਨਹੀਂ, ਇੱਥੇ ਤੱਕ ਪਲੇਟ ਭਰ ਲੈਣੇ ਆ। ਫਿਰ ਉਹ ਯਾਦ ਵੀ ਆਊਗਾ ਵੀ ਗੋਇਲ ਸਾਹਿਬ ਨੇ ਕਿਹਾ ਸੀ ਵੀ ਜੇ ਚੌਲ ਖਾਣੇ ਨੇ ਤਾਂ ਰੋਟੀ ਵੀ ਨਾਲ ਖਾਣੀ, ਜੇ ਚੌਲ ਖਾਣੇ ਨੇ ਇਕੱਲੇ ਖਾਣੇ ਨੇ ਰੋਟੀ ਖਾਣੀ ਇਕੱਲੀ ਖਾਣੀ, ਪਰ ਉੱਚੇ ਕਹਿੰਦੇ ਚੱਲ ਗੋਇਲ ਨੂੰ ਕੀ ਪਤਾ ਲੱਗਣਾ, ਚੌਲ ਵੀ ਖਾ ਲਓ, ਚਪਾਤੀਆਂ ਵੀ ਖਾ ਲਓ, ਗੋਇਲ ਨੂੰ ਤਾਂ ਪਤਾ ਲੱਗੂ ਜਦ ਆ ਕੇ ਜਦ ਆ ਕੇ ਬੋਲੋਗੇ ਮਹੀਨੇ ਬਾਅਦ, ਉਹ ਪਲੇਟ ਦਾ ਫਿਰ ਨਜ਼ਾਰਾ ਦੇਖੋ ਜੀ। ਉਹਨੂੰ ਜਿਵੇਂ ਅਸੀਂ ਡਸਟਬੀਨ 'ਚ ਨਹੀਂ ਪਾਉਂਦੇ ਵੀ ਆਹ ਵੀ ਪਾ ਦਿਓ ਆਹ ਵੀ, ਫਿਰ ਉਹ ਢਿੱਡ 'ਚ ਪਾਉਂਦੇ ਹਾਂ, ਫਿਰ ਡਸਟਬੀਨ 'ਚੋਂ ਸੜਿਆਨ ਮਾਰਦੀ ਹੈ ਨਾ ਸਵੇਰੇ ਸਵੇਰੇ, ਉਹ ਫਿਰ ਸਵੇਰੇ ਉੱਠ ਕੇ ਢਿੱਡ 'ਚੋਂ ਮਾਰਦੀ ਹੈ, ਉਹ ਬਾਹਰ ਨੂੰ ਜਾਂਦਾ ਟੋਇਲਟ ਜਾਂਦਾ ਉਹਨੂੰ ਟੱਟੀ ਨਹੀਂ ਆਉਂਦੀ, ਡਕਾਰ ਲੈਂਦਾ ਡਕਾਰ ਨਹੀਂ ਆਉਂਦਾ, ਬਾਦਾਂ 'ਚ ਵੀ ਸਿਰ ਨੂੰ ਚੜ੍ਹੀ ਹੁੰਦੀ ਹੈ, ਫਿਰ ਜਾਂਦਾ ਡਾਕਟਰ ਕੋਲੇ, ਡਾਕਟਰ ਸਾਹਿਬ ਹੁਣ ਜਿਹੜੀ ਪਲੇਟ ਖਾਧੀ ਸੀ ਉਦੋਂ ਡਬਲ ਪੈਸੇ ਡਾਕਟਰ ਮੰਗਦਾ ਉਹਨੂੰ ਸੈੱਟ ਕਰਨ ਦੇ, ਮਤਲਬ ਕਹਿਣ ਦਾ ਵੀ ਮੇਰੀ ਗੱਲ ਹਾਸੀ ਮਜ਼ਾਕ ਦੀ ਹੈ ਪਰ ਗੱਲ 'ਚ ਵਜ਼ਨ ਤੁਸੀਂ ਨਾਪਣਾ ਕਿੰਨਾ ਕੁ ਹੈ, ਰਾਈਟ, ਇਹ ਤੁਹਾਡੇ ਹੱਥ ਹੈ, ਮੈਂ ਜਿਹੜੀ ਗੱਲ ਕਹੀ ਹੈ ਕੀ ਕਰਨਾ। ਵਿਆਹ ਸ਼ਾਦੀਆਂ 'ਚ ਜਾਓ, ਸ਼ਗਨ ਵਧੀਆ ਦਿਓ, ਸਟਾਈਲ ਅੱਛਾ ਰੱਖੋ, ਖਾਓ ਪੀਓ ਆਨੰਦ ਕਰੋ, ਹਾਂ ਥੋੜ੍ਹਾ ਥੋੜ੍ਹਾ ਖਾ ਲਓ, ਜ਼ਰੂਰੀ ਤਾਂ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਹੀ ਆਪਾਂ, ਬਸ ਇਹ ਜ਼ਰੂਰ ਹੈ ਵੀ ਖਾਣਾ ਘਰੋਂ ਖਾ ਕੇ ਹੀ ਚਲੇ ਜਾਓ, ਜੇ ਤੁਸੀਂ ਜ਼ਿਆਦਾ ਵਧੀਆ ਸਮਝਦੇ ਹੋ, ਖਾਣਾ ਘਰੋਂ ਖਾ ਕੇ ਚਲੇ ਜਾਓ, ਉੱਥੇ ਜਾ ਕੇ ਤਾਂ ਸਿਰਫ ਮਤਲਬ ਸਲਾਦ ਸਲੂਦ ਖਾ ਕੇ ਆਪਣਾ ਸਟਾਈਲ ਮਾਰ ਕੇ ਆ ਜਾਓ, ਤਾਂ ਇਹਦੇ ਨਾਲ ਤੁਹਾਡੀ ਜ਼ਿੰਦਗੀ ਵੀ ਖੁਸ਼, ਤੁਹਾਨੂੰ ਜਿਹਨੇ ਬੁਲਾਇਆ ਉਹ ਵੀ ਖੁਸ਼ ਵੀ ਯਾਰ ਪਲੇਟ ਨਹੀਂ ਖਰਾਬ ਕਰਕੇ ਗਿਆ ਮੇਰੀ 1000 ਰੁਪਏ ਦੀ, ਹੈ ਤੇ ਨਾਲੇ ਉਹ ਖੁਸ਼, ਨਾਲੇ ਸਿਹਤ ਠੀਕ, ਨਾਲੇ ਤੁਹਾਡਾ ਰਿਸ਼ਤੇਦਾਰ ਤੁਹਾਡਾ ਮਿੱਤਰ ਤੁਹਾਡੇ ਨਾਲ ਖੁਸ਼ ਵੀ ਹੈ, ਬੰਦਾ ਆਉਂਦਾ ਇਹ ਪਲੇਟ ਨਹੀਂ ਖਰਾਬ ਕਰਦਾ, ਇਹਨੂੰ ਤਾਂ 2 ਕਾਰਡ ਵੱਧ ਦੇ ਦਿਆ ਕਰੋ ਚਾਹੇ, ਮਤਲਬ ਕਹਿਣ ਦਾ ਵੀ ਲਾਈਫ ਸਟਾਈਲ ਨੂੰ ਵਧੀਆ ਰੱਖੋ। ਇੱਕ ਮੈਂ ਤੁਹਾਨੂੰ ਅੱਜ ਹੋਰ ਛੋਟੀ ਜਿਹੀ ਗੱਲ ਜਿਹੜੀ ਮੈਂ ਕਹਿੰਦਾ ਰਹਿਣਾ ਉਹਤੇ ਗੌਰ ਕਰੋ, ਹਾਂਜੀ, ਇਹ ਮੇਰੇ ਛੋਟੇ ਛੋਟੇ ਪੈਕਟ ਨੇ, ਇਹਨਾਂ ਦੇ ਵਿੱਚ ਸਿਹਤ ਦਾ ਖਜ਼ਾਨਾ ਜੀ, ਇਹ ਮੈਂ ਤੁਹਾਨੂੰ ਦੱਸਦਾ ਜੀ, ਹੈਗੀ ਜੀ ਮੇਥੀ, ਇਹਨੂੰ ਮੇਥੀ ਦਾਣਾ ਕਿਹਾ ਜਾਂਦਾ, ਇਹ ਬਰੀਕ ਮੇਥੀ ਹੈ। ਹੁਣ ਮੈਂ ਦੱਸ ਦਿੰਦਾ, ਲੋਕੀ ਬੜੀ ਮੋਟੀ ਮੇਥੀ ਵੀ ਲੈ ਆਉਂਦੇ ਆ, ਇਹ ਬਰੀਕ ਖਸਖਸ ਵਰਗੀ ਮੇਥੀ ਹੈ, ਇਹ ਮੇਥੀ ਦਾ ਦਾਣਾ, ਤੇ ਇਹਨੂੰ ਜੇ ਇੱਕ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਕੀ ਆ, ਉਹ ਹੈਗੀ ਹੈ ਜੀ ਸਾਡੇ ਕੋਲ ਕਲੌਂਜੀ, ਠੀਕ ਹੈ। ਮੇਥੀ ਆਮ ਤੌਰ ਤੇ ਆਪਾਂ ਕਿਚਨ 'ਚ ਯੂਜ਼ ਕਰਦੇ ਹਾਂ ਤੇ ਕਲੌਂਜੀ ਵੀ ਯੂਜ਼ ਕਰਦੇ ਹਾਂ ਅਚਾਰ ਵਗੈਰਾ 'ਚ, ਕਿਚਨ 'ਚ ਨਾ ਯੂਜ਼ ਹੁੰਦੀ ਹੈ, ਇਹ ਆਮ ਜਿਹੜੇ ਸਾਡੇ ਬਜ਼ੁਰਗ ਪਹਿਲਾਂ ਉਹਦੇ 'ਚ ਕਰਦੇ ਸੀ। ਮੇਰੀ ਮੈਂ ਥੋੜ੍ਹਾ ਜਿਹਾ ਤਾਂ ਵੀਡੀਓ 'ਚ ਦਿਖਾ ਰਿਹਾ ਵੀ ਤੁਹਾਡਾ ਕੰਸੈਂਟ੍ਰੇਸ਼ਨ ਬਣਿਆ ਰਹੇ, ਐਵੇਂ ਨਾ ਲੱਗੇ ਵੀ ਗੋਇਲ ਐਵੇਂ ਜੱਕੜਾ ਮਾਰੀ ਜਾਂਦਾ, ਕੋਈ ਕਰਕੇ ਨਹੀਂ ਦਿਖਾਉਂਦਾ, ਇਹ ਲਓ ਆਪਾਂ ਤੁਹਾਡੇ ਵਰਗੇ ਹਾਂ, ਜੈ ਜੇ ਤੁਸੀਂ ਹੋ, ਇਹ ਕਲੌਂਜੀ ਹੈ ਜੀ। ਹੁਣ ਇਹਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੈ, ਕਈ ਵਾਰੀ ਐਵੇਂ ਪਤਾ ਨਹੀਂ ਕਿਹੜੀ ਚੀਜ਼ ਨੂੰ ਕਾਲਾ ਰੰਗ ਚੜ੍ਹਾ ਦਿੰਦੇ ਨੇ ਲੋਕ ਖਾਈ ਜਾਂਦੇ ਨੇ, ਅੱਜ ਕੱਲ੍ਹ ਮਿਲਾਵਟ ਬਹੁਤ ਹੋ ਗਈ, ਮਿਲਾਵਟ ਕਰਨ ਵਾਲਿਆਂ ਨੂੰ ਨਾ ਤਾਂ ਆਪਦੀ ਸਿਹਤ ਦਾ ਫਿਕਰ ਹੈ ਨਾ ਦੂਜਿਆਂ ਦੀ ਦਾ ਫਿਕਰ ਹੈ, ਹੈ ਨਾ। ਮੈਨੂੰ ਇੰਨਾ ਪਤਾ ਵੀ ਜਿਹੜਾ ਕਿਸੇ ਨਾਲ ਗਲਤ ਕਰਦਾ ਨਾ ਜੀ, ਖਾਸ ਕਰ ਖਾਣੇ 'ਚ, ਉਹਨੂੰ ਕੈਂਸਰ ਹੋ ਜਾਂਦਾ ਜੇ ਲੋਕਾਂ ਨੂੰ ਗਲਤ ਦਵਾਈ ਦਿੰਦਾ ਜਾਂ ਗਲਤ ਚੀਜ਼ ਪਰੋਸਦਾ, ਤਾਂ ਇਹ ਇਹ ਜਿਹੜੇ ਤੁਸੀਂ ਕੈਂਸਰ ਦੇ ਮਰੀਜ਼ ਪਏ ਨੇ ਹਸਪਤਾਲਾਂ 'ਚ, ਚਾਹੇ ਪੁੱਛ ਕੇ ਦੇਖ ਲਿਓ ਜਾ ਕੇ, ਇਹ ਹੋਣਾ ਹੀ ਹੋਣਾ, ਰੱਬ ਆਪਦਾ ਲੇਖਾ ਲੈਂਦੇ ਹੀ ਆ। ਇਹ ਹੁਣ ਜਿਹੜੀ ਕਲੌਂਜੀ ਹੈ ਨਾ ਜੀ, ਇਹ ਦੇਖੋ ਇੱਕ ਚੁਟਕੀ ਲੈਣੀ ਹੈ, ਐਂ 2 ਉਂਗਲੀਆਂ ਦੀ ਚੁਟਕੀ, 3 ਦੀ ਨਹੀਂ, ਕਿਤੇ ਤੁਸੀਂ ਕਹੋ ਜੀ ਡਾਕਟਰ ਸਾਹਿਬ ਤੁਸੀਂ ਚੁਟਕੀ ਕਿਹਾ ਸੀਗਾ, ਆਪਾਂ ਐਂ ਨਹੀਂ ਲੈਣੀ, ਐਂ ਲੈਣੀ 2 ਉਂਗਲੀਆਂ, ਠੀਕ ਹੈ। ਇਹ ਇਹ ਜਿਹੜੀ ਐਂ ਪਾ ਦੇਣੀ ਹੈ ਜੀ, ਠੀਕ ਹੈ ਜੀ, ਇਹ ਦੇਖੋ ਇਹ 25-30 ਦਾਣੇ ਪੈ ਗਏ, ਠੀਕ ਹੈ। ਉਦੋਂ ਬਾਅਦ ਇਹ ਕਿੰਨੀ ਪਾਉਣੀ ਹੈ, 1, 2, 3,
ਤੇ ਚਾਰ ਚਾਰ ਮੇਥੀ ਦੀਆਂ ਚੁਟਕੀਆਂ, ਇੱਕ ਕਲੌਂਜੀ ਦੀ ਚੁਟਕੀ, ਇਹਨੂੰ ਤੁਸੀਂ ਪਾ ਲੈਣਾ ਜੀ। ਇੱਕ ਐਡੀ ਕਟੋਰੀ ਕੰਚ ਦੀ ਲੈਣੀ ਹੈ, ਮੈਂ ਵੀ ਲਿਆਇਆ 10 ਰੁਪਏ ਦੀ ਕਟੋਰੀ ਤੁਹਾਨੂੰ ਦਿਖਾਉਣ ਲਈ, ਤੇ ਇਹ 10 ਰੁਪਏ ਦੀ ਆਉਣੀ ਹੈ, ਬਾਹਲੀ ਮਹਿੰਗੀ ਲੈਣੀ ਵੀ ਨਹੀਂ ਆਪਾਂ, ਉਹ ਤੁਹਾਡੀ ਗੁੰਜਾਇਸ਼ ਹੈ, ਚਾਹੇ 200 ਵਾਲੀ ਕਟੋਰੀ ਲਿਆਓ, ਕੰਚ 'ਚ ਮਿਲਦੀਆਂ ਹੀ ਨੇ, ਹੈ ਨਾ। ਅਤੇ ਇਹਦੇ ਵਿੱਚ ਤੁਸੀਂ ਪਾਣੀ ਪਾਉਣਾ, ਪਾਣੀ ਜਿੰਨਾ ਕੁ ਤੁਸੀਂ ਸਵੇਰੇ ਪੀ ਲਓ, ਐਂ ਪੂਰਾ ਪਾਣੀ ਪਾ ਦਿਓ, ਠੀਕ ਹੈ। ਘੁਲ ਗਈ ਜੀ, ਇਹ ਪਾਣੀ 'ਚ ਤੁਰੀ ਫਿਰਦੀ ਹੈ, ਸਵੇਰ ਤੱਕ ਇਹਨੇ ਫੁੱਲ ਜਾਣਾ, ਸੌਫਟ ਹੋ ਜਾਣਾ, ਨਰਮ ਹੋ ਜਾਣਾ। ਇਹਨੂੰ ਤੁਸੀਂ ਸਵੇਰੇ ਪਾਣੀ ਨੂੰ ਸਿਪ ਕਰ ਕਰਕੇ ਪੀ ਲਓ। ਜਿਹੜੀ ਮੇਥੀ ਅਤੇ ਕਲੌਂਜੀ ਭਿਉਂ ਕੇ ਰੱਖੀ ਤੀ, ਇਹਨੂੰ ਹੌਲੀ ਹੌਲੀ ਚੱਬ ਚੱਬ ਕੇ ਖਾ ਜਾਓ। ਇਹ ਜਿਹੜੀ ਤੁਸੀਂ ਖਾਓਗੇ, ਇਹਨੇ ਤੁਹਾਡੀ ਯੂਰਿਕ ਐਸਿਡ ਕੰਟਰੋਲ ਕਰ ਦੇਣੀ, ਤੁਹਾਡਾ ਆਰਏ ਫੈਕਟਰ ਕੰਟਰੋਲ ਕਰ ਦੇਣਾ, ਤੁਹਾਡਾ ਰਿਮੇਟਾਈਡ ਅਰਥਰਾਈਟਿਸ ਕੰਟਰੋਲ ਕਰ ਦੇਣਾ। ਇਹ ਚੀਜ਼ ਨੂੰ ਬਸ ਐਂ ਸਮਝ ਲਓ ਵੀ ਗੋਇਲ ਨੇ ਸਾਨੂੰ ਜਿਹੜੀ ਚੀਜ਼ ਦੱਸੀ ਆ ਨਾ ਜੀ, ਇਹ ਗਿੱਦੜ ਸਿੰਘੀ ਹੈ। ਇਹਨੂੰ ਜੇ ਤੁਸੀਂ 1 ਸਾਲ ਲੈ ਲਿਆ ਅੱਖਾਂ ਮੀਚ ਕੇ, ਮਜ਼ਾਲ ਨਹੀਂ ਹੈ, ਤੁਹਾਨੂੰ ਦਵਾਈਆਂ ਦੀ ਲੋੜ ਪੈ ਜੇ। ਮੈਂ ਗੱਲ ਐਵੇਂ ਨਹੀਂ ਕਰਦਾ, ਮੈਨੂੰ ਵੀ ਆਪਣੇ ਬੱਚੇ ਪਾਲਣੇ, ਮੈਂ ਵੀ ਕਹਿ ਸਕਦਾ ਵੀ ਆਹ ਦਵਾਈ ਲੈ ਲਓ, ਆਹ ਕਰ ਲਓ, ਮੈਂ ਮੇਥੀ ਅਤੇ ਕਲੌਂਜੀ ਦਾ ਪਾਊਡਰ ਬਣਾ ਕੇ ਦੇ ਸਕਦਾ ਵੀ ਚੁਟਕੀ ਇਹਦੀ ਲੈ ਲਿਆ ਕਰੋ, ਪਰ ਜਿਸ ਤਰੀਕੇ ਨਾਲ ਇਹ ਲੈਣਾ ਮੈਂ ਤੁਹਾਨੂੰ ਸਮਝਾਤਾ। ਔਰ ਮੈਂ ਜਿੱਦਾਂ ਬੋਲਣ ਲੱਗਿਆ ਜੀ, ਇਹਦੇ ਉੱਤੇ ਤੁਸੀਂ ਯਕੀਨ ਮੰਨੋ ਵੀ ਇਹਦਾ ਰੇਟ 3 ਗੁਣਾ ਵਧਿਆ ਪਿਆ, ਕਿਉਂਕਿ ਜਿਹੜਾ ਵੀ ਜਾਂਦਾ ਮੇਥੀ ਕਲੌਂਜੀ ਮੰਗਦਾ ਦੁਕਾਨਦਾਰ ਤੋਂ, ਦੁਕਾਨਦਾਰ ਤੋਂ ਜਿੰਨੀ ਡਿਮਾਂਡ ਆਊਗੀ ਚੀਜ਼ ਦੀ, ਉਹਦਾ ਰੇਟ ਵਧੂਗਾ। ਇਕੱਲਾ ਮੈਂ ਨਹੀਂ ਬੋਲਦਾ, ਸਾਰੇ ਵੈਦ ਬੋਲਦੇ ਨੇ, ਇਸ ਕਰਕੇ ਲੋਕਾਂ ਨੇ ਇਹਨੂੰ ਲੈਣਾ ਸ਼ੁਰੂ ਕੀਤਾ ਹੋਇਆ। ਜਿਨ੍ਹਾਂ ਲੋਕਾਂ ਨੂੰ ਦਰਦਾਂ ਹੁੰਦੀਆਂ ਨੇ, ਬਾਡੀ ਚ ਦਰਦਾਂ ਨੇ, ਬੈਕ ਪੇਨ ਆ, ਜਾਂ ਲੋਕ ਬਾਈਕ ਚਲਾਉਂਦੇ ਨੇ, ਜਾਂ ਦਫ਼ਤਰਾਂ ਚ ਬੈਠੇ ਰਹਿੰਦੇ ਨੇ ਘੰਟੇ ਘੰਟੇ, ਜਿਨ੍ਹਾਂ ਦਾ ਕੰਪਿਊਟਰ ਤੇ ਕੰਮ ਹੈ, ਮੋਹਰ ਦੁਖਣ ਲੱਗ ਜਾਂਦੇ ਨੇ, ਇਹ ਉਹਨਾਂ ਵਾਸਤੇ ਠੀਕ ਹੈ। ਇਹਨੂੰ ਸਵੇਰੇ ਲਓ, ਔਰ ਹਫ਼ਤੇ 'ਚ 1 ਦਿਨ ਛੱਡ ਦਿਓ, ਜਿਹੜੇ ਵੀ ਮੈਂ ਨੁਸਖੇ ਦੱਸਦਾ, ਹਫ਼ਤੇ 'ਚ 1 ਦਿਨ ਜ਼ਰੂਰ ਛੱਡਣੇ ਨੇ, ਕਿਉਂਕਿ ਅਸੀਂ ਯੂਜ਼ ਟੂ ਨਾ ਹੋ ਜਾਈਏ, ਚਾਹੇ ਕੋਈ ਵੀ ਨੁਸਖਾ ਤੁਸੀਂ ਅਜਮਾ ਰਹੇ ਹੋ, 1 ਦਿਨ ਹਫ਼ਤੇ 'ਚ ਛੱਡ ਦਿਓ। ਔਰ ਮੇਰੀ ਹੱਥ ਜੋੜ ਕੇ 1 ਬੇਨਤੀ ਹੋਰ ਸੁਣ ਲਓ, ਹਫ਼ਤੇ 'ਚ 1 ਦਿਨ ਵਰਤ ਰੱਖ ਲਓ, ਫਾਸਟ ਕਰ ਲਓ, ਖਿਚੜੀ ਦਲੀਆ ਫਰੂਟ ਜੂਸ ਇਹਦੇ 'ਤੇ ਰਹਿ ਲਓ 1 ਦਿਨ, ਤੁਸੀਂ ਦੇਖੋਗੇ ਦੁਨੀਆ ਹੀ ਬਦਲ ਜਾਣੀ ਆ। 5-6 ਮਹੀਨੇ 'ਚ ਸਰੀਰ ਦੀ ਕਾਇਆ ਹੀ ਪਲਟ ਜਾਣੀ, ਸਿਰਫ 1 ਦਿਨ। ਕੋਈ ਦਿਨ ਚੁਣ ਲਓ, ਸੋਮਵਾਰ ਮੰਗਲਵਾਰ, ਕਿਉਂਕਿ ਸੰਡੇ ਸੁੰਡੇ ਨੂੰ ਵੀਕਐਂਡ 'ਤੇ ਤਾਂ ਬੜੇ ਕੰਮ ਕਰਨੇ ਹੁੰਦੇ ਨੇ ਖਾਣ ਪੀਣ ਵਾਲੇ, ਉਹ ਦਿਨ ਪੂਰੇ ਨਜ਼ਾਰੇ ਲਓ, ਸੋਮਵਾਰ ਨੂੰ ਛੱਡ ਦਿਓ ਠੀਕ ਹੈ, ਵੀ ਆਪਾਂ ਕੁਛ ਨਹੀਂ ਖਾਣਾ। ਉਲਟਾ ਜੇ ਤੁਸੀਂ ਕਿਸੇ ਦੇਵੀ ਦੇਵਤਾ ਨੂੰ ਮੰਨਦੇ ਹੋ ਤਾਂ ਸਾਨ ਕਰ ਦਿਓ ਵੀ ਤੇਰਾ ਵਰਤ ਰੱਖ ਲੈ, ਅਤੇ ਕੀ ਪਤਾ ਉਹ ਵੀ ਕੋਈ ਫਲ ਦਊ ਆਪਾਂ ਨੂੰ। ਮਤਲਬ ਕਹਿਣ ਦਾ ਵੀ ਉਸ ਦਿਨ ਖਾਲੀ ਛੱਡ ਦਿਓ ਪੇਟ, ਜੇ ਹੋ ਸਕੇ ਤਾਂ, ਜੇ ਤਾਂ ਕੋਈ ਲਾਈਫ ਸੇਵਿੰਗ ਦਵਾਈ ਖਾ ਰਹੇ ਹੋ ਉਹ ਨਹੀਂ ਬੰਦ ਕਰਨੀ, ਜੇ ਤੁਸੀਂ ਨੋਰਮਲੀ ਸ਼ੂਗਰ ਦੀਆਂ ਦਵਾਈਆਂ ਖਾ ਰਹੇ ਹੋ, ਐਵੇਂ ਸਟੀਰਾਇਡ ਖਾ ਰਹੇ ਹੋ, ਜੋੜਾਂ ਦੇ ਦਰਦਾਂ ਦੀਆਂ ਗੋਲੀਆਂ ਖਾ ਰਹੇ ਹੋ, ਹੋਰ ਮਾੜੀਆਂ ਮੋਟੀਆਂ ਨੀਂਦ ਨੂੰਦ ਵਾਲੀਆਂ ਖਾ ਰਹੇ ਹੋ, 1 ਦਿਨ ਉਹ ਵੀ ਛੱਡ ਦਿਓ। ਕਿਉਂ, ਜਿਹੜੀ ਦਵਾਈ ਆਪਾਂ 6 ਦਿਨ ਖਾਧੀ ਹੈ, 6 ਦਿਨ ਖਾ ਕੇ ਬਾਡੀ ਦੇ ਵਿੱਚ ਜਿਹੜੀ ਉਹਦੀ ਡਿਪੋਜ਼ਿਟਿੰਗ ਹੈ 6-7 ਡੇਜ਼ 'ਤੇ ਹੈਗੀ ਹੈ, ਤਾਂ 7ਵੇਂ ਦਿਨ ਉਹੀ ਚੱਲਣੀ ਹੈ ਸਰੀਰ 'ਚ, ਸਰੀਰ ਨੇ ਪੂਰੀ ਤਰ੍ਹਾਂ ਸਾਫ਼ ਕਰ ਦੇਣੀ ਹੈ, ਉਸ ਦਿਨ ਤੁਹਾਡੀ ਬਾਡੀ ਡਿਟੋਕਸੀਫਾਈ ਹੋ ਜਾਣੀ ਹੈ। ਔਰ ਤੁਸੀਂ ਜਦੋਂ ਸੋਮਵਾਰ ਨੂੰ ਫਿਰ ਦਵਾਈ ਖਾਓਗੇ, 1 ਦਿਨ ਛੱਡ ਕੇ ਦੂਜੇ ਦਿਨ ਦਵਾਈ ਖਾਓਗੇ, ਉਹ ਦਵਾਈ ਦਾ ਅਸਰ 4 ਗੁਣਾ ਜ਼ਿਆਦਾ ਮਿਲੂਗਾ ਤੁਹਾਨੂੰ, ਕਿਉਂ ਤੁਸੀਂ ਵਿੱਚੋਂ ਉਹਨੂੰ ਗੈਪ ਦੇ ਲਿਆ। ਜਦੋਂ ਕੋਈ ਵੀ ਚੀਜ਼ ਹੈ ਜੇ ਇਲਾਸਟਿਕ ਨੂੰ ਪਿੱਛੇ ਖਿੱਚਦਾ ਫਿਰ ਹੀ ਅੱਗੇ ਮਾਰਦੀ ਗੋਲੀ ਕੱਢ ਕੇ, ਤਾਂ ਇਸ ਕਰਕੇ ਥੋੜ੍ਹਾ ਜਿਹਾ ਮੇਰੀਆਂ ਗੱਲਾਂ ਨੂੰ ਗੌਰ ਨਾਲ ਸੁਣਿਓ, ਧਿਆਨ ਨਾਲ ਸੁਣਿਓ। ਜੇ ਮੇਰੀ ਗੱਲ 'ਚ ਕੋਈ ਸੱਤ ਕੋਈ ਤੰਤ ਲੱਗਦਾ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਦੱਸਿਆ ਕਰੋ, ਤਾਂ ਕਿ ਸਾਡਾ ਹੌਸਲਾ ਬਣਦਾ। ਜ਼ਿਆਦਾ ਸਮਾਂ ਨਹੀਂ ਲਊਂਗੀ। ਦੁੱਧ ਦਹੀਂ ਦੀ ਇੰਪੋਰਟੈਂਸ ਕਿੰਨੀ ਕੁ ਹੈ, ਦੇਸੀ ਘਿਓ ਦੀ ਇੰਪੋਰਟੈਂਸ ਕਿੰਨੀ ਹੈ, ਕਿ ਰਾਤ ਨੂੰ ਦੇਸੀ ਘਿਓ ਰੋਟੀ ਨੂੰ ਚੋਪੜ ਕੇ ਸਬਜ਼ੀ 'ਚ ਪਾ ਕੇ ਖਾ ਲੈਣਾ ਚਾਹੀਦਾ ਹੈ, ਦਹੀਂ ਲੈ ਲੈਣਾ ਚਾਹੀਦਾ ਜਾਂ ਫਿਰ ਨਹੀਂ, ਅਤੇ ਰਾਤ ਨੂੰ ਡਿਨਰ ਕਿੱਦਾਂ ਦਾ ਹੋਣਾ ਚਾਹੀਦਾ? ਦਹੀਂ ਖਾਇਆ ਕਰੋ ਮਿਣ ਕੇ, ਲੀਟਰ ਦਹੀਂ ਖਾਓ ਰੋਜ਼ ਕਿਲੋ, ਇੱਕ ਕਟੋਰੀ 'ਚ 300 ਗ੍ਰਾਮ ਆ ਜਾਂਦਾ, ਐਡੀ ਇੱਕ ਕਟੋਰੀ 'ਚ 300 ਗ੍ਰਾਮ ਆ ਜਾਂਦਾ ਦਹੀਂ, ਵਜ਼ਨ ਚੱਕੋ ਦਾ 3 ਕੌਲੀਆਂ ਦਿਨ 'ਚ ਕੀ ਕਹਿੰਦੀਆਂ ਨੇ, ਕਿਲੋ ਦਹੀਂ, ਦਹੀਂ ਖਾਓ ਪੂਰਾ ਮਿਣ ਕੇ, ਹੈ ਨਾ ਜੀ। ਅਤੇ ਦੁੱਧ ਪੀਓ, ਦੁੱਧ ਜਦੇ ਘਿਓ ਕਦੇ, ਬਜ਼ੁਰਗਾਂ ਨੇ ਕਿਹਾ ਦੁੱਧ ਦਾ ਅਸਰ ਜਦੇ ਘਿਓ ਕਦੇ, ਘਿਓ ਦਾ ਅਸਰ ਕਦੇ, ਔਰ ਘਿਓ ਖਾਣਾ ਨਾ ਭੁੱਲੋ, ਖਾਣਾ ਨਾ ਛੱਡੋ, ਕਿਸੇ ਦੇ ਕਹੇ 'ਤੇ ਨਾ ਛੱਡੋ। ਦੇਸੀ ਘਿਓ ਕਮਾਲ ਦੀ ਚੀਜ਼ ਹੈ, ਘਰ ਦਾ ਕੱਢੋ, ਘਰ ਦਾ ਹੀ ਖਾਓ, ਬਾਹਰੋਂ ਤੁਹਾਨੂੰ ਦੇਸੀ ਘਿਓ ਨਹੀਂ ਮਿਲਣਾ, ਅਸਲੀ ਦੇਸੀ ਘਿਓ ਡੱਬਿਆਂ 'ਚ ਬੰਦ ਨਹੀਂ ਮਿਲਣਾ, ਇਹ ਗੱਲ ਗਰੰਟਡ ਆ। ਜੇ ਅਸਲੀ ਮਿਲਦਾ ਹੋਵੇ ਤਾਂ ਉਹ 500-600 ਰੁਪਏ ਕਿਲੋ ਨਹੀਂ ਮਿਲਣਾ, ਜੇ ਤੁਸੀਂ ਕਹੋ ਤਾਂ ਮੈਂ ਉਹਦਾ ਆਪਰੇਸ਼ਨ ਕਰਕੇ ਦਿਖਾ ਦਿੰਦਾ,
एक देसी घ्यो का डब्बा उहदे उत्ते 600 रुपया लिखा होया थोनू दुकानदार 500 रुपए का दे दिंदा 100 रुपया थोड़ी अक शर्म नू छड़ भी दिंदा 500 हो गया। फिर वो दुकानदार नू जदों कंपनी दे के आउंदी आ दुकानदार 30% लैस करे बिना अपने काउंटर च नहीं रखता 30% उड़ा दो 600 चो 200 रुपया उड़ गया 400 का डब्बा थी थोनू 500 का मिल गया 400 का डब्बा ले लो फिर 400 का डब्बा उहदी दुकान तक पहुँचाउण लई ट्रांसपोरेशन करन लई होर बड़े खर्चे डब्बा भी बनता 20-25 रुपये का खाली गत्ते का ही होवे क्यों ना उहदा 100 रुपया कट दो 300 रुपया मैनू 300 रुपये च किलो देसी घ्यो घरे बना के दिखाओ जे बन जाए सवाल ही नहीं पैदा बनता। इस करके हरेक चीज के कपड़े ला के देखा करो ता पता लगू छिले बिना तो केले का भी स्वाद नहीं आता ता पता लगू भी देसी घ्यो असली की है। इस करके ध्यान नाल करो जो भी खाने पीने ध्यान नाल लो बजुर्गों का कहना मनिया करो क्योंकि बजुर्ग जिहड़ी गल करते होंगे उन्होंने बहुत नापी तोली गल होंगी है उन्होंने ठोकर खाधिया होंगे ने उन्होंने सब कुछ पता होंगे उन्होंने गोयल का भी पता किन्ना कि झूठा है किन्ना कि सच्चा है सब पछाण लेंगे ने वीडियो के बजुर्गों की गल सुनिया करो मनिया करो उन्होंने कहना मन के चंगी चीज़ा खाया करो जो रोक देने नशिया पत्तिया तो रुक जाया करो वो एवं नहीं रोक। डिनर किन्ना हैवी होना चाहिए किनिया रोटियां चौल किन्ने खाने चाहिए सवेर का नाश्ता लाइट लंच पूरा टाइट डिनर बहुत हल्का हल्का ठीक है। डिनर दे विच मैं कहना ना खिचड़ी दलिया ही रख लो हफ्ते च दो तीन बारी खिचड़ी खा लो दलिया खा लो उहदा अंग्रेजी जे नाम रख लो खिचड़ी दे दलिये दे कहण च वधिया लग्या करनगे है ना। ते उस तो बाद चपाती जिहड़ी लैणी आ रात नूं सौण लगे चपाती लो सब्जी दे विच घ्यो पा लो चपाती खुश्क रख लो कोई हर्ज नहीं सब्जी च घ्यो जरूर पा लो एक दो चमचे घ्यो अंदर जाना चाहीदा। ते दूजी गल रात नूं दुध पीणा ना भुल्लो जे दुध थोनू लगता किसी पास भी दुध नकली है जां दुध वधिया नहीं आउंदा जां कोई गल नहीं जिहो जिहा मर्जी आउंदा दुध ते दुध हुंदा उहदे विच थोड़ी जी चुटकी पर हल्दी पा लो हल्दी पाउण सारी दुध की तसीर बदल जाती है हल्दी पाउण सारी दुध का नज़ारा ही बदल जाता है। तो रात नूं दुध दे विच शहद पा के भी पी सकते हो जिहड़े लोग सवेरे नींबू और शहद पीते ने उह नुकसान करदा जोड़ां दे विच यूरिक एसिड बन के बह जाता उह पता लगता नहीं आपां भी कौन आया भूआ आई थी दस गई भतीजी वो लगी पई है थोड़े जे दिनों बाद भतीजी कह लग गई गोडे दुखद ऐ पता नहीं भी जी आप सवेरे सवेरे उठ के शहद पीन लग गए नींबू पा के उन्हें करता कम डाक्टर को फिर लग जाए डाक्टर ने दवाइया ही खाए नींबू शहद नहीं चढ़ते मेरी वीडियो देखने तो बाद गौर करो इस गल ते ये चीजां नुकसान छड़ दो हुण लैणा हां ये चीजां नुकसान कर ठीक है जी बहुत बहुत शुक्रिया गलबात करन दे लई और जानकारी देने लई बहुत जी तुहाडा भी बहुत बहुत शुक्रिया और सारे दर्शक जिन्ने भी प्रेम नाल देख रहे सी सारयां नूं मेरे वल्लों बहुत ही सत्कार भरी प्यार भरी सत श्री अकाल जी। अंत तक वीडियो नूं देखण लई तुहाडा बहुत बहुत धन्यवाद वीडियो जरूर तुहाडे काम आएगी और तुहाडे लाइफस्टाइल नूं मेनटेन करन च तुहाडी बहुत मदद करेगी। फिर भी जेकर तुहाडे दिल ज़हन च कोई भी क्वेरी है तो तुसीं इन्हां नंबर से उपर कॉल करके अपनी क्वेरी का आंसर लै सकते हो असीं फिर तो हासिल होवांगे। और जेकर तुसीं इह भी चाहुंदे हो भी असीं तुहाडे किसी विशा के उपर डिस्कशन करिए तो नैक्सट जिहड़ी वीडियो है उस विशा के उपर असीं कर लवांगे। और फिलहाल आ गया दो जी धन्यवाद सत श्री अकाल।